हाँ जी, वाहिगुरु जी का खालसा, वाहिगुरु जी की फतेह। सो अज असीं गल करांगे न्यूयॉर्क स्टेट दी डीएमवी दी, डिपार्टमेंट ऑफ मोटर व्हीकल, जिसनों के खोलन दा ऐलान कर दिता गया है। सो डीएमवी कदों खुलेगी उस बारे गल करांगे इस वीडियो विच। सो जेकर अज तक तुसीं साडा चैनल सब्सक्राइब नहीं कीता, थल्ले सब्सक्राइब बटन ते क्लिक करो तां जो भी लेटेस्ट अपडेट हुंदी है इमीग्रेशन, डीएमवी, टीएलसी या स्टीमुलस पैकेज बारे, वो तुहाडे तक पहुंच सके। और वीडियो नूं वध तों वध लोकां तक पहुंचाउण वास्ते वीडियो नूं लाइक और शेयर जरूर करियो। सो शुरू कर दिया न्यूयॉर्क स्टेट दी डीएमबी दे सारे ऑफिस जिन्हां नूं के कोरोना वायरस दे कारण 21 मार्च नूं बंद कर दिता गया सी। कुछ सर्विसेज जो है उन्हां ने सस्पेंड कर दित्तियां सन। सो हुण जो न्यूयॉर्क स्टेट डिपार्टमेंट ऑफ मोटर व्हीकल ने अनाउंस कीता है कि इन परसन सर्विस जिहड़ी हैगी है, जिहड़ी तुसीं उत्थे ऑफिस विच जाके करदे हो कोई भी ट्रांजैक्शन, वो अजे भी बंद रहेगा। पर कुछ सर्विसेज जिवें कि व्हीकल रजिस्ट्रेशन या कोई दूसरा ट्रांसैक्शन तुसी करना हैगा बाय मेल, तुसी 1 जून तो कर सकते हो, मतलब कल तो। तो जेकर तुसी कोई भी ट्रांसैक्शन करना है उसका फॉर्म फिल करके डॉक्यूमेंट अटैच करके बाय मेल उन्हां नूं तुसी भेज सकते हो। और बिगनिंग जून 4, मतलब 4 जून तो उत्थे वो जो उन्हां दे ऑफिसां विच एक ड्रॉप बॉक्स रख दिता जाऊगा। सो जो भी तुसी ट्रांसैक्शन करना उन्हां दे ड्रॉप बॉक्स के जरिए भी तुसी जो है कर सकते हो। सो बाय मेल या ड्रॉप बॉक्स के जरिए जो ट्रांसैक्शन होने शुरू होंगे जो तुसी कर पाओगे, उन्हें जिवें कि जेकर तुसी व्हीकल रजिस्ट्रेशन नूं ट्रांसफर करना है, या लाइसेंस प्लेट नूं ट्रांसफर करना है, या लाइसेंस प्लेट नूं सरेंडर करना है, या सेल्स टैक्स भरना है, तो यह सारे ट्रांसैक्शन तुसी बाय मेल या ड्रॉप बॉक्स के जरिए कर पाओगे। और कुछ ट्रांसैक्शन है जेडे कि तुसी पहले ही ऑनलाइन कर सकते हो, जिवें कि लाइसेंस एंड रजिस्ट्रेशन नूं रीन्यू करवाना हैगा, या फिर कोई भी तुहाडा डॉक्यूमेंट गुम हो गया है ਉਹਦਾ ਫਾਰਮ ਵੀ ਤੁਸੀਂ ਆਨਲਾਈਨ ਫਿਲ ਕਰ ਸਕਦੇ ਸੀ, ਔਰ ਐਡਰੈਸ ਚੇਂਜ ਵੀ ਤੁਸੀਂ ਬਾਏ ਆਨਲਾਈਨ ਕਰ ਸਕਦੇ ਹੋ, ਔਰ ਇਹ ਸਾਰੇ ਟ੍ਰਾਂਜੈਕਸ਼ਨ ਬਾਏ ਮੇਲ ਔਰ ਡ੍ਰੌਪ ਬਾਕਸ ਦੇ ਜਰੀਏ ਵੀ ਜੋ ਹੈ ਸ਼ੁਰੂ ਹੋ ਜਾਣਗੇ। ਸੋ ਇਹ ਜੋ ਡ੍ਰੌਪ ਬਾਕਸ ਜਿਹੜੇ ਹੈਗੇ ਆ ਉਹ 4 ਜੂਨ ਤੋਂ ਡੀਐਮਬੀ ਦੇ ਸਾਰੇ ਆਫਿਸਾਂ ਵਿੱਚ ਰੱਖ ਦਿੱਤੇ ਜਾਣਗੇ। ਸੋ ਉਹਨਾਂ ਨੇ ਕਿਹਾ ਇਹ ਜੋ ਤੁਸੀਂ ਡ੍ਰੌਪ ਬਾਕਸ ਹੈ ਮੰਡੇ ਤੋਂ ਲੈ ਕੇ ਸੈਟਰਡੇ, ਮਤਲਬ ਸੋਮਵਾਰ ਤੋਂ ਲੈ ਕੇ ਸ਼ਨੀਵਾਰ ਤੱਕ ਤੁਸੀਂ ਜੋ ਰੈਗੂਲਰ ਹਵਰਸ ਹੁੰਦੇ, ਜਿਹੜੇ ਰੈਗੂਲਰ ਘੰਟੇ ਜਿਹੜੇ ਹੁੰਦੇ ਆ, ਉਹਨਾਂ ਵਿੱਚ ਤੁਸੀਂ ਇਸ ਡ੍ਰੌਪ ਬਾਕਸ ਨੂੰ ਯੂਜ਼ ਕਰ ਪਾਓਗੇ। ਔਰ ਉਹਨਾਂ ਨੇ ਕਿਹਾ ਕਿ ਜਦੋਂ ਤੁਸੀਂ ਕੋਈ ਵੀ ਸਰਵਿਸ ਵਾਸਤੇ ਆਉਣਾ ਹੈਗਾ ਡੀਐਮਬੀ ਵਿੱਚ ਉਹ ਫਾਰਮ ਨੂੰ ਡ੍ਰੌਪ ਕਰਨ ਵਾਸਤੇ, ਸੋ ਮੇਕ ਸ਼ੋਰ ਕਿ ਤੁਹਾਡਾ ਜਿਹੜਾ ਫਾਰਮ ਹੈ ਪ੍ਰੋਪਰਲੀ ਫੀਲ ਹੋਣਾ ਚਾਹੀਦਾ, ਔਰ ਜੋ ਵੀ ਡਾਕੂਮੈਂਟ ਚਾਹੀਦੇ ਹੈਗੇ ਆ ਉਹ ਨਾਲ ਅਟੈਚ ਹੋਣੇ ਚਾਹੀਦੇ ਆ। ਔਰ ਜਦੋਂ ਤੁਸੀਂ ਉਹ ਫਾਰਮ ਨੂੰ, ਉਹ ਡਾਕੂਮੈਂਟ ਨੂੰ ਡ੍ਰੌਪ ਕਰਨ ਵਾਸਤੇ ਆਉਣਾ ਹੈਗਾ, ਤੇ ਮੇਕ ਸ਼ੋਰ ਤੁਹਾਡਾ ਜਿਹੜਾ ਫੇਸ ਹੈ ਔਰ ਕਵਰ ਹੋਣਾ ਚਾਹੀਦਾ, ਮਾਸਕ ਪਾਇਆ ਹੋਣਾ ਚਾਹੀਦਾ ਤੁਸੀਂ, ਔਰ ਜਿਹੜੀ ਸੋਸ਼ਲ ਡਿਸਟੈਂਸਿੰਗ ਹੈਗੀ ਹੈ ਜਿਹੜੀ ਉਹਦਾ ਖਿਆਲ ਰੱਖਣਾ ਬਹੁਤ ਹੀ ਜ਼ਰੂਰੀ ਹੈ। ਔਰ ਉਹਨਾਂ ਨੇ ਕਿਹਾ ਹੈ ਕਿ ਇਸ ਡ੍ਰੌਪ ਬਾਕਸ ਨੂੰ ਇੱਕ ਟਾਈਮ ਤੇ ਸਿਰਫ 2 ਬੰਦੇ ਹੀ ਯੂਜ਼ ਕਰ ਪਾਉਣਗੇ, ਔਰ ਰਿਸਿਪਟ ਜਿਹੜੀ ਕਿ ਹਰ ਟ੍ਰਾਂਜੈਕਸ਼ਨ ਤੋਂ ਬਾਅਦ ਤੁਹਾਨੂੰ ਦਿੱਤੀ ਜਾਂਦੀ ਹੈ ਉਹ ਉਸੇ ਟਾਈਮ ਤੇ ਨਹੀਂ ਮਿਲੂਗੀ, ਉਹ ਤੁਹਾਨੂੰ ਬਾਈ ਮੇਲ ਤੁਹਾਡੇ ਐਡਰੈਸ ਤੇ ਭੇਜੀ ਜਾਊਗੀ। ਔਰ ਜੇਕਰ ਤੁਸੀਂ ਲਾਇਸੈਂਸ ਪਲੇਟ ਜਾਂ ਫਿਰ ਰਜਿਸਟ੍ਰੇਸ਼ਨ ਵਾਸਤੇ ਅਪਲਾਈ ਕੀਤਾ ਹੈ ਤੇ ਉਹ ਵੀ ਤੁਹਾਡੇ ਘਰ ਦੇ ਐਡਰੈਸ ਉੱਤੇ ਜੋ ਹੈ ਭੇਜ ਦਿੱਤੀ ਜਾਊਗੀ। ਸੋ ਜੇਕਰ ਗੱਲ ਕਰੀਏ ਰੋਡ ਟੈਸਟ ਦੀ, ਤਾਂ CDL ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਦਾ ਜਿਹੜਾ ਰੋਡ ਟੈਸਟ ਹੈ ਉਹ ਫੇਸ 1 ਵਿੱਚ ਸ਼ੁਰੂ ਕੀਤਾ ਜਾਊਗਾ। ਸੋ ਨਿਊਯਾਰਕ ਸਟੇਟ ਦੇ ਜਿਹੜੇ ਏਰੀਏ ਪਹਿਲਾਂ ਹੀ ਖੁੱਲ ਚੁੱਕੇ ਨੇ ਜਿੱਥੇ ਫੇਸ 1 ਸਟਾਰਟ ਹੈ ਆਲਰੇਡੀ, ਉੱਥੇ ਇਹ ਜੋ ਟੈਸਟ ਜੋ ਹੈ ਸ਼ੁਰੂ ਕੀਤੇ ਜਾਣਗੇ। ਸੋ ਜਿਹੜੇ ਏਰੀਏ ਰਹਿ ਗਏ ਨੇ ਜਿਵੇਂ ਨਿਊਯਾਰਕ ਸਿਟੀ ਦੇ 5 ਬੋਰੋ ਅਜੇ ਤੱਕ ਨਹੀਂ ਖੋਲੇ ਗਏ ਨੇ, ਅਜੇ ਤੱਕ ਬੰਦ ਹੈ। ਸੋ ਜਦੋਂ ਇੱਥੇ ਫੇਸ 1 ਸ਼ੁਰੂ ਹੋ ਜਾਊਗਾ ਉਦੋਂ CDL ਦਾ ਰੋਡ ਟੈਸਟ ਪਹਿਲਾਂ ਖੋਲਿਆ ਜਾਊਗਾ। ਔਰ ਉਹਨਾਂ ਨੇ ਕਿਹਾ ਹੈ ਜਿਨ੍ਹਾਂ ਲੋਕਾਂ ਦੀਆਂ ਵੀ ਅਪਾਇੰਟਮੈਂਟਾਂ ਉਹਨਾਂ ਨੇ ਕੈਂਸਲ ਕੀਤੀਆਂ ਸੀ ਪਹਿਲਾਂ ਕੋਰੋਨਾ ਵਾਇਰਸ ਦੇ ਕਾਰਨ, ਉਹਨਾਂ ਨੂੰ DMV ਦਾ ਸਟਾਫ ਜੋ ਹੈ 1 ਜੂਨ ਤੋਂ ਖੁਦ ਫੋਨ ਕਰਕੇ ਉਹਨਾਂ ਦੀਆਂ ਅਪਾਇੰਟਮੈਂਟਾਂ ਨੂੰ ਵਾਪਸ ਰੀਸ਼ੈਡਿਊਲ ਕਰੂਗਾ। ਔਰ ਜਿਹੜੇ ਦੂਸਰੇ ਰੋਡ ਟੈਸਟ ਨੇ ਜਿਵੇਂ ਕਲਾਸ D ਜਾਂ ਫਿਰ ਦੂਸਰੇ ਵਹੀਕਲ ਦੇ ਜਿਹੜੇ ਰੋਡ ਟੈਸਟ ਹੈਗੇ ਆ, ਉਹਨਾਂ ਨੂੰ ਫੇਸ 3 ਵਿੱਚ ਸ਼ੁਰੂ ਕੀਤਾ ਜਾਊਗਾ। ਔਰ ਇਨ ਪਰਸਨ ਟ੍ਰਾਂਸੈਕਸ਼ਨ ਜਿਹੜਾ ਕਿ ਤੁਸੀਂ DMV ਦੇ ਆਫਿਸ ਵਿੱਚ ਜਾ ਕੇ ਕਰ ਸਕੋਗੇ, ਉਹ ਵੀ ਫੇਸ 3 ਵਿੱਚ ਸਟਾਰਟ ਹੋਵੇਗਾ। ਸੋ ਉਹਨਾਂ ਨੇ ਕਿਹਾ ਹੈ ਕਿ ਉਹ ਹੁਣ ਇੱਕ ਨਵਾਂ ਸਿਸਟਮ ਬਣਾਉਣ ਜਾ ਰਹੇ ਨੇ ਜਿਸ ਵਿੱਚ ਤੁਹਾਨੂੰ ਹੁਣ ਉਹਨਾਂ ਦੇ ਆਫਿਸ ਵਿੱਚ ਜਾਣ ਤੋਂ ਪਹਿਲਾਂ ਅਪਾਇੰਟਮੈਂਟ ਲੈਣੀ ਪਊਗੀ, ਫਿਰ ਹੀ ਤੁਸੀਂ ਉਹਨਾਂ ਦੇ ਆਫਿਸ ਵਿੱਚ ਜਾ ਕੇ ਕੋਈ ਵੀ ਟ੍ਰਾਂਸੈਕਸ਼ਨ ਜੋ ਹੈ ਕਰ ਪਾਓਗੇ। ਬਾਕੀ ਜਿਵੇਂ ਕਿ ਅਸੀਂ ਤੁਹਾਨੂੰ ਪਿਛਲੀ ਵੀਡੀਓਸ ਵਿੱਚ ਦੱਸਿਆ ਸੀ ਕਿ 60 ਤੋਂ ਜ਼ਿਆਦਾ ਐਸੇ ਟ੍ਰਾਂਸੈਕਸ਼ਨ ਹੈਗੇ ਆ ਜਿਹੜੇ ਕਿ ਤੁਸੀਂ DMV ਦੀ ਵੈਬਸਾਈਟ ਤੇ ਜਾ ਕੇ ਘਰੇ ਬੈਠੇ ਆਨਲਾਈਨ ਕਰ ਸਕਦੇ ਹੋ। ਸੋ ਬਾਕੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਅਸੀਂ ਤੁਹਾਨੂੰ ਕੁਝ ਟ੍ਰਾਂਸੈਕਸ਼ਨ, ਕੁਝ ਸਰਵਿਸਿਜ਼ ਆਨਲਾਈਨ ਵੀਡੀਓ ਬਣਾ ਕੇ ਦੱਸੀਏ ਕਿਵੇਂ ਕਰਨੇ ਹੈਗੇ, ਤਾਂ ਥੱਲੇ ਕਮੈਂਟ ਬਾਕਸ ਵਿੱਚ ਸਾਨੂੰ ਲਿਖ ਕੇ ਦੱਸੋ ਕਿਹੜੀ ਵੀਡੀਓ ਤੁਸੀਂ ਚਾਹੁੰਦੇ ਹੋ, ਅਸੀਂ ਕੋਸ਼ਿਸ਼ ਕਰਾਂਗੇ ਉਸ ਟ੍ਰਾਂਸੈਕਸ਼ਨ, ਉਸ ਸਰਵਿਸਿਜ਼ ਦੀ ਵੀਡੀਓ ਬਣਾ ਕੇ
ਆਪਣੇ ਚੈਨਲ ਉੱਤੇ ਪਾਈਏ। ਬਾਕੀ ਜੋ ਵੀ ਅਪਡੇਟ ਹੁੰਦੀ ਹੈ ਅਸੀਂ ਤੁਹਾਨੂੰ ਅਪਡੇਟ ਕਰਦੇ ਰਵਾਂਗੇ। ਜੇਕਰ ਅਜੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਥੱਲੇ ਸਬਸਕ੍ਰਾਈਬ ਬਟਨ ਤੇ ਕਲਿੱਕ ਕਰੋ ਤਾਂ ਜੋ ਵੀ ਲੇਟੈਸਟ ਅਪਡੇਟ ਆਵੇ ਨਵੀਂ ਵੀਡੀਓ ਪਾਈਏ ਅਸੀਂ ਤੁਹਾਡੇ ਤੱਕ ਪਹੁੰਚ ਸਕੇ। ਓਕੇ ਜੀ, ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।